ਮੇਰਾ ਨਾਮ ਬਲਰਾਜ ਸਿੰਘ ਪੁੱਤਰ ਸਰਦਾਰ ਸੁਖਮੰਦਰ ਸਿੰਘ ਪਿੰਡ ਗੁਰੂਸਰ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਮੈਂ ਮੈਂ ਖੇਤੀ ਪਿਛਲੇ ਲਗਭਗ 15 ਸਾਲ ਤੋਂ ਕਰਦਾ ਹਾਂ ਮੈਂ ਜਗਤਜੀਤਨਾ 2015 ਤੋਂ ਜੁੜਿਆ ਹੋਇਆ ਹਾਂ ਉਸ ਤੋਂ ਬਾਅਦ ਇਹ ਮੇਰੇ ਕੋਲੇ ਹੁਣ ਤੀਜੀ ਮਸ਼ੀਨ ਆ ਗਈ ਜਿਹੜੀ ਜਗਜੀਤ ਦੀ ਮਸ਼ੀਨ ਆ ਇਹ ਬਹੁਤ ਚੰਗੀ ਚੱਲਦੀ ਹੈ ਟਰੈਕਟਰ ਨੂੰ ਬਹੁਤ ਰੌਲਾ ਰੱਖਦੀ ਹੈ ਲਗਭਗ ਐਸ ਵਾਰ ਵੀ ਅਸੀਂ ਨਵੀਂ ਲਈ ਸੀ ਮਸ਼ੀਨ 300 ਟਰੈਲੀ ਬਣਾਈ ਹੈ ਇਹਦੇ ਨਾਲ 3 ਲੀਟਰ ਪ੍ਰਤੀ ਟਰੈਲੀ ਦੇ ਹਿਸਾਬ ਨਾਲ ਔਸਤ ਪਈ ਹੈ। ਬਾਕੀ ਤੂੜੀ ਬਹੁਤ ਵਧੀਆ ਬਣਾਉਂਦੀ ਹੈ ਜਿਹੇ ਜੀ ਚਾਹੋ ਨੇ ਆ ਮੋਟੀ ਪਤਲੀ ਉਹ ਹੋ ਜਾਂਦੀ ਹੈਗੀ। ਕੋਈ نیچے ਲਾਂਗਾ ਨਹੀਂ ਛੜਦੀ। نیچے ਤੋਂ ਕੋਈ ਨਾ ਕੋਈ ਰੇਤਾ ਚੱਕਦੀ ਹੈ। ਇਸ ਸੀਜ਼ਨ ਮੈਂ ਇਸ ਮਸ਼ੀਨਾਂ 300 ਟਰੈਲੀ ਬਣਾਈ ਹੈ। ਤੇ ਜਿਹੜਾ ਟਰੈਲੀ ਭਰਨ ਦਾ ਸਮਾਂ ਹੈ 22 ਮਿੰਟ ਦੇ ਲਗਭਗ ਲੱਗਦਾ ਹੈ। ਜਿਹੜੀ ਆਸਤ ਡੀਜ਼ਲ ਦੀ ਖਪਤ ਹੈ ਉਹ 3 ਲੀਟਰ ਪ੍ਰਤੀ ਟਰੈਲੀ ਦੇ ਹਿਸਾਬ ਨਾਲ ਪਈ ਹੈ। ਬਾਕੀ ਇਹ ਟਰੈਕਟਰ ਨੂੰ ਰੈਲਾ ਰੱਖਦੀ ਹੈ ਚੱਲਣ 'ਚ ਬਹੁਤ ਸਹੀ ਹੈਗੀ। ਇਹ ਜ ਆਸੀਂ ਵੀ ਸੰਤੁਸ਼ਟਾ ਮਸ਼ੀਨ ਚਲਾਉਣ ਵਾਲੇ ਵੀ ਤੇ ਗਾਂ ਜੋ ਕਿਸੇ ਦੇ ਅਸੀਂ ਕੰਮ ਕਰਦੇ ਆ ਕਿਸਾਨ ਦੇ ਉਹ ਵੀ ਸੰਤੁਸ਼ਟ ਹੈਗਾ। ਹੋਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਥੱਲੇ ਲਾਂਗਾ ਕੋਈ ਨਹੀਂ ਛੱੜਦੀ ਥੱਲਿਓਂ ਸਾਫ਼ ਕਟਾਈ ਕਰਦੀ ਹੈ ਤੇ ਕੋਈ ਤੂੜੀ ਦੇ ਵਿੱਚ ਰੇਤਾ ਨਹੀਂ ਆਉਂਦਾ। ਇਹ ਮੇਰੀ ਤੀਸਰੀ ਮਸ਼ੀਨ ਹੈ। ਅੱਜ ਤੱਕ ਮੈਨੂੰ ਕੋਈ ਸਮੱਸਿਆ ਨਹੀਂ ਆਈ ਜੇ ਕੋਈ ਨਿੱਕੀ-ਮੋਟੀ ਸਮੱਸਿਆ ਆਉਂਦੀ ਹੈ ਤਾਂ ਕੰਪਨੀ ਡੀਲਰ ਪੂਰੀ ਸਰਵਿਸ ਮੈਨੂੰ ਜਿੱਹਾਂ ਵੀ ਹੁੰਦੀ ਹੈ ਮਸ਼ੀਨ ਉੱਥੇ ਹੀ ਦੇ ਕੇ ਆਉਂਦੇ ਹੈਗੇ ਹੋਰ ਕੋਈ ਮੈਨੂੰ ਪ੍ਰੋਬਲਮ ਨਹੀਂ ਆਈ ਬਹੁਤ ਵਧੀਆ ਇਹਨਾਂ ਦੀ ਸਰਵਿਸ ਹੈ ਮੈਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਹੈ ਜਗਤਜੀਤ ਦੀ ਜੋ ਮਸ਼ੀਨ ਹੈ ਬਹੁਤ ਵਧੀਆ ਮਸ਼ੀਨ ਹੈ ਤੂੜੀ ਵਾਸਤੇ ਖੇਤੀ ਦੇ ਕੰਮ ਵਾਸਤੇ ਬਹੁਤ ਵਧੀਆ ਹੈਗੀ ਸਾਰੇ ਕਿਸਾਨ ਭਰਾਵਾਂ ਨੂੰ ਮੇਰੀ ਇਹੀ ਅਪੀਲ ਹੈ ਵੀ ਤੁਸੀਂ ਜਗਤਜੀਤ ਦੀ ਮਸ਼ੀਨ ਲਾਓ ਤੇ ਵਧੀਆ ਇਹਦਾ ਲਾਭ ਉਠਾਓ ਅਖੀਰਚ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ